ਹੈਲੋ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਜੀ ਤੁਸੀਂ ਸਾਰੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ, ਸ਼ਰਧੀ ਕਲਾ 'ਚ ਰੱਖਣ। ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਪੰਜਾਬੀ ਬਾਠ ਫੈਮਿਲੀ ਚੈਨਲ 'ਤੇ। ਲਓ ਜੀ, ਮੋਰਨਿੰਗ ਦਾ ਟਾਈਮ ਆ। ਸਵੇਰੇ ਸਵੇਰੇ ਗੁਰਦੀਪ ਚਲੇ ਗਏ ਸੀ ਕੰਮ 'ਤੇ, ਅਤੇ ਉਸ ਤੋਂ ਬਾਅਦ ਅੱਜ ਮਸ਼ੀਨ ਲਾਉਣ ਲੱਗੀ ਸੀਗੀ, ਪਹਿਲਾਂ ਲਾਈ ਨਹੀਂ ਸੀ। ਠੀਕ ਹੈ ਜੀ, ਅਤੇ ਇੱਥੇ ਮਸ਼ੀਨ ਲਾਉਣ ਲੱਗ ਗਈ ਸੀ, ਨਾਲ ਦੀ ਨਾਲ ਸਾਡੇ ਸੱਸ ਨੌ ਦੀਆਂ ਗੱਲਾਂ ਵੀ ਚੱਲ ਰਹੀਆਂ ਸੀ, ਕਿਉਂਕਿ ਕੰਮ ਦੇ ਛੇਤੀ ਹੋ ਜਾਂਦਾ ਜੇ ਗੱਲਾਂ ਬਾਤਾਂ ਮਾਰਦੇ ਰਹਿੰਦੇ ਹਾਂ। ਬਾਕੀ ਤੁਹਾਡੇ ਸਾਰੇ ਭੈਣ ਭਾਈਆਂ ਦਾ ਜੀ ਦਿਲੋਂ ਧੰਨਵਾਦ ਕਰਦੀ ਹਾਂ। ਥੈਂਕ ਯੂ ਸੋ ਮੱਚ ਜੀ, ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ, ਸਾਥ ਅਤੇ ਸਪੋਰਟ ਦੇ ਰਹੇ ਹੋ। ਥੈਂਕ ਯੂ ਜੀ ਸੋ ਮੱਚ ਸਾਰਿਆਂ ਦਾ ਜੀ। ਅਤੇ ਬਾਕੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ। ਜਿਹੜੇ ਭੈਣ ਭਾਈ ਨਵੇਂ ਆਉਂਦੇ ਨੇ ਜੀ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ। ਅਤੇ ਲਓ ਜੀ, ਕੱਪੜੇ ਮਸ਼ੀਨ 'ਚ ਪਾ ਦਾਂਗੇ। ਯੂਨੀਫਾਰਮ ਵਗੈਰਾ ਯੂਵੀ ਦੀਆਂ ਕਾਫੀ ਇਕੱਠੀਆਂ ਹੋਈਆਂ ਪਈਆਂ ਸੀ। 2 ਦਿਨ ਬਾਅਦ ਇਹ ਕੱਪੜੇ, ਜਿਵੇਂ ਤੁਹਾਨੂੰ ਦੱਸ ਦਿੰਦੀ ਹਾਂ, ਮਸ਼ੀਨ 'ਚ ਲਾਉਂਦੇ ਹੁੰਦੇ ਆਪਾਂ, ਵੀ 2 ਦਿਨ ਲੰਘ ਜਾਂਦੇ ਨੇ। ਹਾਂਜੀ, ਪਹਿਲਾਂ ਮੈਂ ਪਾ ਦਿੰਦੀ ਹੁੰਦੀ ਹਾਂ ਗੁਰਦੀਪ ਦੇ, ਯੂਵੀ ਦੇ ਜਿਵੇਂ ਹੋ ਗਏ, ਹੈ ਨਾ, ਜਿਵੇਂ, ਕਿਉਂਕਿ ਮੈਨੂੰ ਇਹ ਹੁੰਦਾ ਵੀ ਇਹਨਾਂ ਦੇ ਸਿਰਫ ਪਸੀਨਾ ਆਇਆ ਹੁੰਦਾ, ਗੰਦੇ ਨਹੀਂ ਹੁੰਦੇ। ਉਸ ਤੋਂ ਬਾਅਦ ਅਸੀਂ ਆਪਣੇ, ਮੈਂ ਮੰਮੀ ਡੈਡੀ ਜਿਵੇਂ ਅਸੀਂ ਪਾ ਲੈਂਦੇ ਹਾਂ। ਅਤੇ ਉਸ ਤੋਂ ਬਾਅਦ ਜੀ ਮਸ਼ੀਨ ਲਾ ਕੇ ਇੱਥੇ ਚੱਕ ਲਿਆ ਸੀ ਆਪਾਂ ਝਾੜੂ, ਪਹਿਲਾਂ ਲਾਵਾਂਗੇ ਬਾਹਰ ਵਿਹੜੇ 'ਚ, ਫਿਰ ਅੰਦਰ ਚੱਲਾਂਗੇ। ਅਤੇ ਕਈ ਭੈਣਾਂ ਮੇਲਾ ਦਾ ਮਾਂਜਾ ਵੀ ਕਹਿੰਦੀਆਂ ਨੇ ਇਹਨੂੰ, ਕਈ ਇਲਾਕਿਆਂ 'ਚ, ਹੈ ਨਾ। ਅਸੀਂ ਇੱਥੇ ਰੜਕਾ ਕਹਿ ਦਿੰਦੇ ਹਾਂ, ਜਾਂ ਝਾੜੂ ਤਾਂ ਅੰਦਰ ਫੁੱਲ ਝਾੜੂ ਨੂੰ ਕਹਿ ਦਿੰਦੇ ਹਾਂ, ਇਹ ਰੜਕਾ ਵੀ ਕਹਿ ਦਿੰਦੇ ਹਾਂ। ਅਤੇ ਲਓ ਜੀ, ਰਾਣੀ ਭੈਣ ਵੀ ਆ ਗਈ ਸੀਗੀ, ਉਹਨੂੰ ਮੈਂ ਪੁੱਛ ਰਹੀ ਸੀ, ਮੈਂ ਕਿਹਾ ਰਾਣੀ ਤੂੰ ਅੱਜ ਲੇਟ ਹੋ ਗਈ। ਕਈ ਵਾਰ ਤਾਂ 6:30 ਵਜੇ 6:45 ਆ ਜਾਂਦੀ ਹੁੰਦੀ ਆ, ਜਾਂ ਮੈਂ ਚਾਹ ਪੀਂਦੀ ਹੁੰਦੀ ਹਾਂ ਗੁਰਦੀਪ ਨਾਲ, ਕਈ ਵਾਰ ਅੱਜ ਲੇਟ ਹੋ ਗਏ ਸੀਗੇ। ਮੈਂ ਉਹੀ ਪੁੱਛਦੀ ਸੀ, ਮੈਂ ਕਿਹਾ ਰਾਣੀ ਲੇਟ ਕਾਹਤੇ ਹੋ ਗਈ? ਕਹਿੰਦੀ ਭੈਣੇ, ਅੱਜ ਮੇਰਾ ਸਿਰ ਬਹੁਤ ਦੁਖਦਾ ਸੀਗਾ, ਵੀ ਮੈਂ ਥੋੜ੍ਹਾ ਜਿਹਾ ਲੇਟ ਉੱਠੀ, ਫਿਰ ਗਾਹਾਂ ਇੱਕ ਘਰ ਦਾ ਹੋਰ ਆ, ਪਹਿਲਾਂ ਉਹ ਕਰਕੇ ਫਿਰ ਵਾਪਸ ਮੁੜਦੇ ਹੋਏ ਆਪਣੇ ਕੋਲ ਆਉਂਦੇ ਹੁੰਦੇ ਨੇ। ਠੀਕ ਆ ਜੀ, ਅਤੇ ਹੁਣ ਨਾਲ ਦੀ ਨਾਲ ਆਪਾਂ ਇੱਥੇ ਝਾੜੂ ਵੀ ਲਾ ਲਾਂਗੇ, ਅਤੇ ਨਾਲ ਦੀ ਨਾਲ ਭੈਣ ਨੂੰ ਆਪਾਂ ਕੂੜਾ ਵੀ ਚੁਕਾ ਦਾਂਗੇ, ਹੈ ਨਾ। ਕਈ ਵਾਰ ਤਾਂ ਇਹ 2 ਟੋਕਰੇ ਕਰ ਲੈਂਦੀ ਹੁੰਦੀ ਹੌਲੇ ਹੌਲੇ, ਕਈ ਵਾਰ 1 ਵੀ ਕਰ ਲੈਂਦੀ। ਮੈਂ ਇਹਨੂੰ ਕਹਿੰਦੀ ਹੁੰਦੀ ਹਾਂ ਸਗੋਂ, ਮੈਂ ਕਿਹਾ 1 ਨਾ ਕਰਿਆ ਕਰ ਰਾਣੀ, ਤੇਰਾ ਹੋਰ ਗਰਦਨ ਮੁੱਚ ਜਾਣੀ ਆ। ਹੁੰਦਾ ਚਲੋ ਥੋੜ੍ਹਾ ਹੀ ਆ, ਪਰ ਫਿਰ ਵੀ ਭਾਰੀ ਹੋ ਜਾਂਦਾ ਜੀ 1, ਹੈ ਨਾ। ਮੈਂ ਕਿਹਾ ਵੀ ਗੇੜੇ 2 ਲਾ ਲਿਆ ਕਰ, ਕੁਛ ਨਹੀਂ ਹੁੰਦਾ ਹੈਗਾ। ਵੀ ਦੇਖੋ ਜੀ, ਬਾਅਦ ਵਿੱਚ ਦੁੱਖ ਪਾਉਣ ਨਾਲੋਂ ਪਹਿਲਾਂ ਹੀ 2 ਗੜੇ ਲੱਗ ਜਾਣ ਤਾਂ ਕੋਈ ਗਲਤ ਨਹੀਂ ਲੱਗਦਾ ਮੈਨੂੰ ਇਹਦੇ ਵਿੱਚ। ਵੀ ਫਿਰ ਕਈ ਵਾਰ ਐਂ ਹੁੰਦਾ ਉੱਚੀ ਨੀਵੀਂ ਜਗ੍ਹਾ ਪੈਰ ਧਰਿਆ ਜਾਵੇ, ਹੈ ਨਾ, ਗਰਦਨ 'ਚ ਭਾਈ ਮੋਚਾ ਜਵੇ, ਡਰ ਬਹੁਤ ਲੱਗਦਾ। ਪਰ ਚਲੋ ਇਹ ਗਿਝੀ ਹੋਈ ਹੈ, ਇਹ ਹੱਸਦੀ ਹੁੰਦੀ ਆ, ਕਹਿੰਦੀ ਭੈਣੇ ਤੂੰ ਤੋਂ ਘਬਰਾਈ ਜਾਂਦੀ ਆ, ਮੈਂ ਗਿਝੀ ਹੋਈ ਹਾਂ। ਮੈਂ ਕਿਹਾ ਠੀਕ ਆ। ਅਤੇ ਉਸ ਤੋਂ ਬਾਅਦ ਵਿਹੜਾ ਸੁੰਬਰ ਕੇ ਰਾਣੀ ਨੂੰ ਕੂੜਾ ਚੁਕਾ ਕੇ ਜੀ, ਉਸ ਤੋਂ ਬਾਅਦ ਮੈਂ ਆਟਾ ਛਾਣ ਲਿਆ ਸੀ ਆ ਕੇ, ਅਤੇ ਇੱਥੇ ਮੰਮੀ ਅਤੇ ਡੈਡੀ ਜੀ ਨੇ, ਪਤਾ ਨਹੀਂ, ਮੈਂ ਹੱਥ ਮਾਰ ਮਾਰ ਕੇ ਗੱਲਾਂ ਕਰ ਰਹੀ ਸੀਗੀ, ਕੋਈ ਸਲਾਹ ਕਰ ਰਹੇ ਸੀਗੇ ਜੀ, ਉਹਨਾਂ ਨੂੰ ਸਲਾਹ 'ਚ ਸਲਾਹ ਦੇ ਰਹੀ ਸੀ ਮੈਂ ਆਪਣੀ। ਅਤੇ ਇੱਥੇ ਆਟਾ ਗੁੰਨਣ ਲੱਗੀ ਸੀ ਮੈਂ ਅੱਜ ਦਾਲ ਵਾਲਾ। ਮੰਮੀ ਕਹਿੰਦੇ ਤੂੰ ਹੀ ਗੁੰਨ ਲਾ ਜੇ ਦਾਲ ਵਾਲੀਆਂ ਪਕਾਉਣੀਆਂ ਨੇ, ਵੀ ਮੇਰੇ ਤਾਂ ਘੋਰਾਂ ਜਿਹੀਆਂ ਪੱਕੀਆਂ ਹੋਈਆਂ 'ਚ ਮਿਰਚਾਂ ਲੜਦੀਆਂ ਨੇ। ਮੈਂ ਕਿਹਾ ਚਲੋ ਮੈਂ ਗੁੰਨ ਦਿੰਦੀ ਹਾਂ। ਅਤੇ ਇੱਥੇ ਰਾਣੀ, ਮੰਮੀ, ਡੈਡੀ ਜੀ ਇਹ ਲੱਗੇ ਹੋਏ ਸੀ ਆਪਣਾ ਹਾਸਾ ਮਜ਼ਾਕ ਕਰਨ, ਮੈਂ ਆਪਣੀਆਂ। ਇਹ ਕਿੱਸਾ ਛੇੜਿਆ ਹੋਇਆ ਸੀਗਾ ਜੀ ਆਪਾਂ ਨਾਲ, ਹੈ ਨਾ, ਬਹੁਤ ਵੱਡਾ ਮਹੱਤਵਪੂਰਨ ਕਿੱਸਾ ਸੀਗਾ ਜਿਹੜਾ ਛੇੜੇ ਹੋਏ ਸੀਗੇ। ਕੋਈ ਸੋਨੇ ਦੀਆਂ ਵਾਲੀਆਂ ਦੀਆਂ ਗੱਲਾਂ ਕਰਦੇ ਸੀਗੇ, ਹੈ ਨਾ। ਸਾਡੀ ਮੰਮੀ ਨਾਲ ਨਾ ਇੱਕ ਵਾਰ ਟ੍ਰੈਜਡੀ ਹੋ ਗਈ ਸੀਗੀ ਵਾਲੀਆਂ ਦੀ, ਮੈਂ ਤੁਹਾਡੇ ਨਾਲ ਕਦੇ ਗੱਲ ਸ਼ੇਅਰ ਨਹੀਂ ਕੀਤੀ, ਮੈਂ ਕਰੂੰਗੀ ਕਿਸੇ ਦਿਨ, ਦੇਖਦੀ ਹਾਂ। ਵੀ ਆਪਣੀ, ਮੇਰੀ ਸਾਸੂ ਮੰਮਾ ਜਿਹੜੀ, ਹੈ ਨਾ, ਇਹਦੀ ਵਾਲੀ ਨਾ ਕਿਸੇ ਨੇ ਲਾ ਲਈ ਸੀਗੀ,
ਜਿਵੇਂ ਮੈਂ ਤੁਹਾਨੂੰ ਉਹ ਦੱਸਿਆ ਨਹੀਂ ਹਜੇ ਤੱਕ, ਜਾਂ ਮੈਂ ਯੂਟਿਊਬ 'ਤੇ ਨਹੀਂ ਆਈ ਸੀ ਜਦੋਂ ਦੀ ਪਹਿਲਾਂ ਦੀ ਗੱਲ ਆ ਇਹ, ਹੈ ਨਾ, ਕਿਵੇਂ ਹੋਇਆ ਸੀ, ਕੀ ਹੋਇਆ ਸੀ, ਮੈਂ ਸਾਰਾ ਕੁਛ ਦੱਸੂੰਗੀ ਤੁਹਾਨੂੰ ਕਿਸੇ ਵੀਡੀਓ 'ਚ, ਹੈ ਨਾ। ਅਤੇ ਲਓ ਜੀ, ਇੱਥੇ ਮੈਂ ਲੂਣ ਮਿਰਚ ਪਾ ਲਿਆ ਸੀਗਾ ਜਿੰਨਾ ਕੁ ਪਾਉਣਾ ਸੀ, ਜੀਰਾ, ਲੂਣ ਮਿਰਚ, ਆਹ ਬਸ ਇੰਨੀ, ਹਲਦੀ ਤਾਂ ਪਾਈ ਨਹੀਂ ਸੀ, ਅਤੇ ਨਾਲ ਦੀ ਨਾਲ ਪਾ ਲਈ ਸੀ ਆਪਾਂ ਦਾਲ। ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਥੋੜ੍ਹਾ ਥੋੜ੍ਹਾ ਜਿੰਨਾ ਜਿੰਨਾ ਪਾਣੀ ਪਊਗਾ ਪਾ ਕੇ ਆਪਾਂ ਲਾ ਲਾਂਗੇ ਆਟਾ। ਆਟਾ ਗੁੰਨ ਕੇ ਰੈਸਟ ਲਈ ਛੱਡ ਦੂੰਗੀ। ਉਸ ਤੋਂ ਬਾਅਦ ਫਿਰ ਮੈਨੂੰ ਐਂ ਸੀ, ਮੈਂ ਕਿਹਾ ਕੱਪੜਿਆਂ ਨੂੰ ਜਾਣੂ ਮੇਰੇ ਗੇੜੇ ਆ ਗਏ ਸੀ, ਮੈਂ ਕਿਹਾ ਮੈਂ ਕੱਪੜੇ 'ਤੇ ਚੱਲੇ ਆਉਂਦੀ ਹਾਂ। ਪਰੌਂਠੇ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹੁੰਦੀ ਹਾਂ, ਜਿਵੇਂ ਇੱਦਾਂ ਦੇ ਕੋਈ ਵੀ ਤਰ੍ਹਾਂ ਦੇ ਪਰੌਂਠੇ ਬਣਾਉਣੇ ਹੁੰਦੇ ਨੇ, ਫਿਰ ਮੈਂ ਹੀ ਰੋਟੀ ਅਤੇ ਡਿਊਟੀ ਮੇਰੀ ਓ ਲੱਗਦੀ ਹੁੰਦੀ ਆ ਨਾਸ਼ਤੇ 'ਤੇ। ਮੰਮੀ ਕਹਿੰਦੀ ਵੀ ਸੀ, ਕਹਿੰਦੀ ਕੱਪੜੇ ਮੈਂ ਵੀ ਝੱਲ ਦਿੰਦੀ ਹਾਂ, ਵੀ ਤੂੰ ਚੱਲ ਰੋਟੀ ਲੈ ਲਾ। ਮੈਂ ਕਿਹਾ ਮੰਮੀ ਹਜੇ ਰੋਟੀ ਖਾਣ ਵਾਲਾ ਕੋਈ ਨਹੀਂ ਹੈਗਾ, ਵੀ ਮੈਂ ਆਟਾ ਗੁੰਨ ਕੇ ਕੋਈ ਨਾ ਰੈਸਟ ਲਈ ਛੱਡ ਦੇਣਾ, ਵੀ ਮੈਂ ਥੋੜ੍ਹੇ ਜਿਹੇ ਝੱਲ ਦਿੰਦੀ ਹਾਂ, ਤੁਸੀਂ ਸੁੱਕਣੇ ਪਾ ਦਿਓ, ਵੀ ਤੁਹਾਨੂੰ ਟਾਈਮ ਲੱਗ ਜਾਣਾ ਵੱਧ। ਠੀਕ ਆ ਜੀ। ਅਤੇ ਇੱਥੇ ਯੂਵੀ ਵੀ ਉੱਠ ਖੜਿਆ ਸੀਗਾ, 7:30 8 ਵਜੇ ਦਾ ਟਾਈਮ ਸੀਗਾ ਇੱਥੇ। ਅਤੇ ਯੂਵੀ ਤਾਂ ਆਪਣੇ ਦਾਦੂ ਨਾਲ ਚੱਲਿਆ ਸੀਗਾ, ਡੈਡੀ ਅਤੇ ਯੂਵੀ ਚੱਲੇ ਸੀ ਵਾਲ ਕਟਾਉਣ, ਹੈ ਨਾ। ਡੈਡੀ ਜੀ ਨੇ ਜਾਣਾ ਸੀਗਾ ਆਪਣੇ ਦਾੜੀ ਦੂੜੀ ਦੀ, ਹੈ ਨਾ, ਸੈਟਿੰਗ ਕਰਾਉਣ ਅਤੇ ਕਟਿੰਗ ਕਰਾਉਣ। ਅਤੇ ਫਿਰ ਯੂਵੀ ਕਹਿੰਦਾ ਉਹਦੇ ਤੋਂ ਬਾਅਦ ਮੈਨੂੰ ਵੀ ਲੈ ਜਾਓ ਦਾਦੂ। ਮੈਂ ਇਹਨੂੰ ਸਗੋਂ ਆਏ ਨੂੰ ਹੱਸਦੇ ਸੀ, ਮੈਂ ਕਿਹਾ ਯੂਵੀ ਮੈਨੂੰ ਲੱਗਦਾ ਤਾਂ ਹੈ ਨਹੀਂ ਵੀ ਤੂੰ ਵਾਲ ਕਟਾ ਕੇ ਆਇਆ। ਕਹਿੰਦਾ ਮੰਮਾ ਸਾਈਡਾਂ ਜਿਹਾਂ ਤੋਂ ਕਟਾਏ ਹੁੰਦਾ, ਥੋੜ੍ਹੇ ਥੋੜ੍ਹੇ ਗੱਬੇ ਉੱਦਾਂ ਦੇ ਉੱਦਾਂ ਹੀ ਹੁੰਦੇ ਨੇ। ਅਤੇ ਇਹਦੇ ਵਾਲਾਂ ਨੂੰ ਵੀ ਇੱਕ ਦੋ ਭੈਣਾਂ, ਹੈ ਨਾ, ਜਾਂ ਪਿਛਲੀ ਵਾਰ ਵੀ ਮੈਂ ਕਿਹਾ ਸੀ ਵੀ ਕਟਾ ਕੇ ਆਇਆ, ਇੱਕ ਦੋ ਨੇ ਕਮੈਂਟ ਕੀਤਾ ਸੀਗਾ ਵੀ ਵਾਲ ਤੁਸੀਂ ਯੂਵੀ ਦਾ ਜੂੜਾ ਰੱਖ ਲਓ। ਹਾਂਜੀ ਭੈਣੇ, ਮੈਨੂੰ ਪਹਿਲਾਂ ਸੀਗਾ ਸ਼ੌਕ, ਹੈ ਨਾ, ਵੀ ਰੱਖੂੰਗੀ, ਪਰ ਫਿਰ ਇਹਦੇ ਡੈਡੀ ਨੂੰ ਨਹੀਂ ਸੀਗਾ ਸ਼ੌਕ, ਹੈ ਨਾ। ਉਹ ਮੈਨੂੰ ਹੱਸਣ ਲੱਗ ਗਏ, ਕਹਿੰਦੇ ਹਰ ਇੱਕ ਚੀਜ਼ ਆਪਣੀ ਉਹ ਪਕਾਉਣੀ ਆ, ਮੇਰਾ ਵੀ ਮੁੰਡਾ ਉਨਾ ਹੀ ਆ, ਹੈ ਨਾ, ਵੀ ਵਾਲ ਵੀ ਰੱਖਣੇ ਨੇ, ਆਹ ਵੀ ਕਰਨਾ, ਆਹ ਵੀ ਕਰਨਾ। ਕਹਿੰਦੇ ਨਹੀਂ ਮੈਂ ਨਹੀਂ, ਕਹਿੰਦੇ ਵੱਡੇ ਹੋ ਕੇ ਵੀ ਫਿਰ ਪਾਲੀ ਜਾ ਪਹਿਲਾਂ, ਕਹਿੰਦੇ ਵੱਡੇ ਹੋ ਕੇ ਵੀ ਇਹਨੇ ਕਟਾਏ ਦੇਣੇ ਨੇ, ਫਿਰ ਵੱਧ ਦੁੱਖ ਹੁੰਦਾ ਹੁੰਦਾ। ਮੈਂ ਕਿਹਾ ਚਲੋ ਠੀਕ ਆ ਜੀ। ਵੈਸੇ ਤਾਂ ਅੱਜ ਕੱਲ੍ਹ ਬੱਚੇ ਰੱਖਣ ਲੱਗ ਗਏ, ਜੂੜਾ ਲੱਗਦਾ ਵੀ ਵਧੀਆ, ਸਰਦਾਰ ਬਣੇ ਹੋਏ, ਹੈ ਨਾ, ਵੀ ਪਰ ਚਲੋ ਹਜੇ ਤਾਂ ਇੱਕ ਵਾਰ ਇਹਨੂੰ ਹੋਇਆ ਵੀ ਸੀਗਾ, ਥੋੜ੍ਹਾ ਜਿਹਾ ਵੱਡਾ ਹੋ ਗਿਆ ਸੀ, ਚਲੋ 10 ਕੁ ਸਾਲ ਦਾ, 9-10 ਕੁ ਸਾਲ ਦਾ ਸੀ, ਜਦ ਇਹਨੂੰ ਚੌ ਸੀਗਾ, ਪਟਕੀ ਬੰਨਣ ਲੱਗ ਗਿਆ ਸੀ ਰੱਖਣ, ਮੈਂ ਕਿਹਾ ਵੀ ਸੀ ਰੱਖ ਲਾ। ਫਿਰ ਪਤਾ ਨਹੀਂ ਫਿਰ ਗਰਮੀ ਆ ਗਈ ਸ਼ਾਇਦ ਮੂਹਰੇ, ਫਿਰ ਕੀ ਹੋ ਗਿਆ। ਅਸਲ 'ਚ ਗੁਰਦੀਪ ਨੂੰ ਇਹ ਥੋੜ੍ਹਾ ਜਿਹਾ ਕਟਿੰਗ ਦਾ ਹੀ ਸੀਗਾ ਵੀ ਕਟਿੰਗ ਹੀ ਕਰਾਉਣੀ ਆ, ਬਸ ਇਹ ਕਰਕੇ ਤਾਂ ਚੱਕਰ 'ਚ ਜੀ ਨਹੀਂ ਰੱਖ ਹੋਏ ਵਾਲ, ਹੈ ਨਾ। ਚਲੋ ਹੁਣ ਤਾਂ ਵੱਡੇ ਹੋ ਗਏ ਬੱਚੇ, ਹੁਣ ਤਾਂ ਇਹਦੀ ਆਪਣੀ ਮਰਜ਼ੀ ਆ, ਜੇ ਰੱਖਣਾ ਚਾਹੇ ਰੱਖ ਵੀ ਸਕਦਾ, ਪਰ ਹੁਣ ਉਹੋ ਜਿਹਾ ਹੀ ਸੁੱਖ ਪੈ ਜਾਂਦਾ ਜੀ, ਹੈ ਨਾ, ਮਾਵਾਂ ਨੂੰ ਵੀ ਪੈ ਜਾਂਦਾ ਮੇਰੇ ਵਰਗੀ ਨੂੰ, ਹੈ ਨਾ, ਵੀ ਜੂੜਾ ਜਾੜਾ ਕਰਨਾ ਪਊਗਾ, ਅਤੇ ਇਹਨੂੰ ਵੀ ਪੈ ਗਿਆ ਵੀ ਨਹਾਉਣ ਧੋਣ ਦਾ ਇੱਦਾਂ ਸੌਖਾ ਏ। ਅਤੇ ਲਓ ਜੀ, ਉਸ ਤੋਂ ਬਾਅਦ ਉਹ ਚਲੇ ਗਏ ਸੀ ਡੈਡੀ ਜੀ ਅਤੇ ਯੂਵੀ ਵਾਲ ਕਟਾਉਣ, ਅਤੇ ਇੱਥੇ ਮੈਂ ਲੱਗ ਗਈ ਸੀ ਕੱਪੜੇ ਖਿਚਾਲਣ, ਮੰਮੀ ਸੁੱਕਣੇ ਪਾ ਦੇਣਗੇ ਨਾਲ ਦੀ ਨਾਲ, ਜਿਵੇਂ ਤੁਹਾਨੂੰ ਦੱਸਿਆ ਵੀ ਫਿਰ ਮੈਂ ਪਰੌਂਠੇ ਬਣਾਉਣ ਲੱਗਣਾ ਸੀ, ਮੈਨੂੰ ਤਾਂ ਹੀ ਸੀ, ਮੈਂ ਕਿਹਾ ਮੈਂ ਪਹਿਲਾਂ ਕੱਪੜੇ ਖਿਚਾਲ ਦੇਵਾਂ ਵੀ ਫਿਰ ਬਾਅਦ ਵਿੱਚ ਬਣਾਉਂਦੀ ਹਾਂ ਪਰੌਂਠੇ, ਕਿਉਂਕਿ ਹਜੇ ਨਾ ਤਾਂ ਡੈਡੀ ਜੀ ਹੁਣੀ ਵੀ ਗਏ ਹੋਏ ਸੀ, ਖਾਣੇ ਵੀ ਕੀਨੇ ਸੀ, ਹੈ ਨਾ, ਇੰਨੇ ਜਲਦੀ ਜਲਦੀ ਸਵੇਰੇ ਸਵੇਰੇ ਖਾ ਵੀ ਨਹੀਂ ਹੁੰਦੇ ਹੈਗੇ, ਚਾਹ ਦੁੱਧ ਪੀਤਾ ਹੁੰਦਾ ਹੈ ਜੀ। ਅਤੇ ਉਸ ਤੋਂ ਕੱਪੜੇ ਨੀਚੇ, ਇੱਕ ਭੈਣ ਜੀ ਕਹਿੰਦੀ ਹੁੰਦੀ ਕੱਪੜੇ ਇੱਦਾਂ ਨੀਚੇ ਨਾ ਰੱਖਿਆ ਕਰੋ। ਦੇਖੋ ਭੈਣੇ, ਮਸ਼ੀਨ 'ਚੋਂ ਕੱਢ ਕੇ ਤਾਂ ਸ਼ੁਰੂ ਤੋਂ ਇੱਦਾਂ ਹੀ ਅਸੀਂ ਫਰਸ਼ 'ਤੇ ਹੀ ਰੱਖਦੇ ਆਉਂਦੇ ਹਾਂ, ਵੀ ਫਿਰ ਝੱਲ ਕੇ ਜ਼ਰੂਰ ਮੈਂ ਟੱਬ 'ਚ ਰੱਖ ਲੈਂਦੀ ਹਾਂ, ਅਤੇ ਧੋਣ ਵਾਲੇ ਵੀ ਮੈਂ ਟੋਕਰੀ ਲਈ ਹੀ ਉਹਦੇ ਵਿੱਚ ਰੱਖਦੀ ਹਾਂ, ਧੋਣ ਵਾਲੇ ਨੀਚੇ ਨਹੀਂ ਰੱਖਦੀ ਹੈਗੀ। ਪਰ ਹਾਂਜੀ, ਮਸ਼ੀਨ 'ਚ ਗੇੜਾ ਦਬਾ ਕੇ ਬਾਅਦ ਵਿੱਚ ਤਾਂ ਨੀਚੇ ਰੱਖ ਕੇ ਧੋ ਹੋਣਗੇ ਭੈਣੇ, ਨੀਚੇ ਹੀ ਝੱਲ ਹੋਣਗੇ, ਵੀ ਜੇ ਪਹਿਲਾਂ ਹੀ ਟੱਬ 'ਚ ਰੱਖ ਲਉਂਗੀ ਮੈਨੂੰ ਉੱਦਾਂ ਨਹੀਂ ਠੀਕ ਲੱਗਦਾ ਹੈਗਾ, ਵੀ ਆਪਾਂ ਊਂ ਨਹੀਂ ਨੀਚੇ ਰੱਖਦੇ ਹੈਗੇ, ਵੀ ਪਹਿਲਾਂ ਧੋਣ ਵਾਲੇ ਸੱਟ ਦਿੰਦੀ ਹਾਂ ਜਾਂ ਉੱਦਾਂ ਹੈ, ਹੈ ਨਾ, ਵੀ ਇੱਦਾਂ ਕ ਝੱਲਣ ਲੱਗੀ ਤਾਂ ਫਿਰ ਨੀਚੇ ਰੱਖ ਕੇ ਹੀ ਮੈਨੂੰ ਲੋਟ ਲੱਗਦੇ ਨੇ ਜੀ ਧੋਣ ਨੂੰ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਕੱਪੜੇ ਕ ਝੱਲ ਕੇ ਆ ਕੇ ਇੱਥੇ ਲੱਗ ਗਈ ਸੀ ਮੈਂ ਬੈੱਡ ਸ਼ੀਟ ਝਾੜਨ, ਝਾੜ ਕੇ ਇਹਨੂੰ ਆਪਾਂ
ਸਾਫ਼ ਸੁਥਰੀ ਕਰ ਦਾਂਗੇ ਜੀ। ਹੁਣ ਇਹ ਵੀ ਇੱਕ ਬਹੁਤ ਵੱਡਾ ਟਾਸਕ ਹੁੰਦਾ ਹੈ ਨਾ, ਬੈੱਡ ਸ਼ੀਟ ਵੀ ਝਾੜਨਾ, ਲੋਟ ਹੀ ਨਹੀਂ ਆਉਂਦੀ ਹੈਗੀ, ਕਦੇ ਉੱਧਰੋਂ ਦੱਬ ਕਦੇ ਉੱਧਰੋਂ ਦੱਬ, ਇਹਨੂੰ ਵੀ ਇੱਦਾਂ ਹੀ ਹੈ ਨਾ, ਯੂਵੀ ਨੇ ਆਉਣਾ 5 ਮਿੰਟ ਵਿੱਚ ਬੈਠ ਕੇ ਫੇਰ ਖੜਾ ਦੇਣੀ ਆ, ਕਿਉਂਕਿ ਜਿੱਦਣ ਬੱਚੇ ਘਰ ਹੁੰਦੇ ਨੇ ਫਿਰ ਸਾਰੀ ਦਿਹਾੜੀ ਬੈੱਡ 'ਤੇ ਹੀ ਛਾਲਾਂ ਮਾਰਨੀਆਂ ਹੁੰਦੀਆਂ ਨੇ ਉਹਨਾਂ ਨੇ, ਇਹ ਵੀ ਹੋ ਜਾਂਦਾ। ਅਸੀਂ ਰਾਤ ਨੂੰ ਹੁਣ ਰੋਟੀ ਵੀ ਇੱਥੇ ਬੈਠ ਕੇ ਖਾਂਦੇ ਹਾਂ ਹੈ ਨਾ, ਤਾਂ ਵੀ ਬੈੱਡ ਸ਼ੀਟ ਮੈਂ ਜਲਦੀ ਚੱਕ ਦਿੰਦੀ ਹਾਂ। ਲਓ ਜੀ, ਇੱਥੇ ਮੈਂ ਬਣਾਉਣ ਲੱਗੀ ਹਾਂ ਦਾਲ ਵਾਲੇ ਪਰੌਂਠੇ। ਆਟਾ ਗੁੰਨ ਕੇ ਪਹਿਲਾਂ ਮੈਂ ਰਸਤ ਲਈ ਛੱਡ ਕੇ ਹੈ ਨਾ ਕੱਪੜੇ ਝੱਲਣ ਚਲੇ ਗਈ ਸੀ ਉੱਧਰ, ਹੁਣ ਮੰਮੀ ਸੁੱਕਣੇ ਮੰਮੀ ਪਾ ਦਾਂਗੇ ਅਤੇ ਆਪਾਂ ਪਰੌਂਠੇ ਬਣਾ ਲਾਂਗੇ। ਯੂਵੀ ਅਤੇ ਡੈਡੀ ਜੀ ਗਏ ਹੋਏ ਨੇ ਬਾਗ ਪਾਉਣ, ਉਹਨਾਂ ਨੂੰ ਫੋਨ ਕਰ ਲਿਆ ਬਸ ਉੱਥੋਂ ਤੁਰ ਪਏ, ਉਹਨਾਂ ਨੇ ਆ ਜਾਣਾ ਨਾਲ ਦੀ ਨਾਲ, ਫਿਰ ਡੈਡੀ ਜੀ ਆ ਕੇ ਖਾ ਲੈਣਗੇ। ਮੰਮੀ ਡੈਡੀ ਯੂਵੀ ਤਾਂ ਨਾ ਆਲੂ ਕੀ ਖਾਊਗਾ ਜੀ, ਉਹਨੂੰ ਤਾਂ ਆਪ ਤਿਆਰ ਠੰਡੇ ਕਰਕੇ ਖਾਣਗੇ, ਮੰਮਾ ਮੈਨੂੰ ਨਹੀਂ ਉਹ ਹੁੰਦਾ ਹੈਗਾ, ਮੈਨੂੰ ਚਾਅ ਰਹਿੰਦਾ ਵੀ ਗਰਮ ਗਰਮ ਦਾ ਮੈਂ, ਪਰ ਉਹਨੂੰ ਹੁੰਦਾ ਵੀ ਠੰਡੇ ਕਰਕੇ ਦੇ। ਇੰਨੀ ਗਰਮੀ ਆ ਜੀ, ਤੀਹ ਵੀ ਐਂ ਚੋਂਦੀਆਂ ਨੇ, ਹਾਏ ਹਾਏ ਐਂ ਲੱਗਦਾ ਏ, ਪਤਾ ਨਹੀਂ ਲੱਗਦਾ ਹੈਗਾ ਵੀ ਪਾਣੀ ਡੁੱਲਿਆ ਹੋਇਆ ਸਰੀਰ 'ਤੇ ਅਤੇ ਗਰਮੀ ਆਈ ਹੋਈ ਆ, ਬਹੁਤ ਜ਼ਿਆਦਾ ਗਰਮੀ ਆ ਜੀ। ਕੱਲ੍ਹ ਖੰਨੇ ਮੀਂਹ ਪੈ ਗਏ ਸਾਡੇ ਸਰਾਟਾ ਦੇ ਆ, ਖੇਤ 'ਚ ਵੀ ਪੈ ਗਿਆ, ਡੈਡੀ ਜੀ ਘਰ ਆ ਕੇ ਕਹਿੰਦੇ ਮੀਂਹ ਨਹੀਂ ਆਇਆ ਹੈਗਾ, ਅਸੀਂ ਕਹਿੰਦੇ ਨਾ ਕਰ ਖੇਤ 'ਚ ਤਾਂ ਆਇਆ ਸੀਗਾ, ਵੀ ਜਿਵੇਂ ਕਹਿੰਦੇ ਨਹੀਂ ਹੁੰਦੇ ਬੰਨੇ ਨਾਲ ਬੰਨਾ ਛੱਡ ਗਿਆ ਵੱਟ ਨਾ ਵੱਟ ਛੱਡ ਗਿਆ, ਉਹ ਕੰਮ ਹੋ ਗਿਆ, ਆਇਆ ਤਾਂ ਸਰਾਟਾ ਜਿਹਾ ਹੀ ਆ, ਪਰ ਡੈਡੀ ਜੀ ਕਹਿੰਦੇ ਜ਼ਿਆਦਾ ਨਹੀਂ ਪਿਆ ਹੈਗਾ, ਪਰ ਵੀ ਪੈ ਗਿਆ ਆਪਣੇ ਤਾਂ ਉਹਨੇ ਘਰੇ ਤਾਂ ਕਣੀ ਨਹੀਂ ਗਈ, ਜਿਵੇਂ ਨਿੱਕੇ ਨਿੱਕੇ ਕਣੀਆਂ ਸੀਗੀਆਂ, ਮੰਮੀ ਦਾ ਖਾਣਾ ਕਹਿੰਦੀ ਪੈਂਦਾ ਤਾਂ ਸੀ, ਮੈਂ ਕਿਹਾ ਮੰਮੀ ਨੂੰ ਤਾਂ ਬੰਦੇ 'ਤੇ ਗਿਰਦੀ ਸੀ ਕਣੀ ਮਾੜੀ ਮੋਟੀ, ਪਤਾ ਲੱਗਦਾ ਸੀ ਸਾਡੇ ਤੱਕ ਤਾਂ ਧਰਤੀ 'ਤੇ ਜਾਂਦੀ ਹੋਈ ਨਹੀਂ ਸੀਗੀ ਇਹੋ ਜਿਹਾ ਵੀ, ਪਈਆਂ ਤਾਂ ਸਬਜ਼ੀਆਂ ਸੁੱਜੀਆਂ ਵੀ ਸੀਗੀਆਂ ਜੀ, ਫਿਰ ਦਾਲ ਪਈ ਸੀਗੀ ਥੋੜ੍ਹੀ ਜਿਹੀ ਟਿਫਨ 'ਚ ਮੇਰਾ, ਦਾਲ ਪਰੌਂਠੇ ਖਾਣ ਨੂੰ, ਮੈਂ ਕਿਹਾ ਚੱਲ ਮੱਖਣ ਵੀ ਹੈਗਾ ਬਣਾਇਆ ਹੋਇਆ ਕੱਲ੍ਹ ਦਾ, ਵੀ ਦਾਲ ਵੀ ਪਈ ਆ, ਮੈਂ ਕਿਹਾ ਹੁਣ ਦਾਲ ਵਾਲੇ ਪਰੌਂਠੇ ਬਣਾਉਣੇ, ਯੂਵੀ ਨੂੰ ਚਾਅ ਲੱਗਾ ਦਾਲ ਵਾਲੇ ਪਰੌਂਠੇ ਨੂੰ, ਬਸ ਉਹੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਗੋਲ ਬਣਾ ਬਣਾ ਕੇ ਉਹ ਲਾ ਲੈਣੇ। ਅੱਜ ਨਾ ਮੈਂ ਪਿਆਜ਼ ਪਾਉਣਾ ਭੁੱਲ ਗਈ ਇਹਦੇ ਵਿੱਚ, ਉਹ ਛੇਤੀ ਛੇਤੀ ਉੱਧਰੋਂ ਗਾਹ ਦੇ ਹੀ ਪਾ ਤਾ, ਬਸ ਇੱਧਰ ਕੀ ਕਹਿਣ ਲੱਗੇ, ਆ ਗਏ ਸੀ ਰਾਣੀ ਭੈਣ ਆ ਗਈ, ਉਹਦਾ ਸਿਰ ਦਰਦ ਹੁੰਦਾ ਸੀ ਅੱਜ, ਉਹ ਮੇਰੇ ਤੋਂ ਮੰਗਣ ਲੱਗ ਗਈ ਦਵਾਈ ਦੇ ਭੈਣੇ ਕੋਈ ਗੋਲੀ ਗੋਲੀ ਨਹੀਂ ਪਈ ਹੈਗੀ, ਮੈਂ ਕਿਹਾ ਵੀ ਹੈਗੀਆਂ ਤਾਂ ਹੈਗੀਆਂ ਵੀ ਐਂ ਤੂੰ ਨਾਲ ਹੈ ਤਾਂ ਖਾ ਲਾ, ਕਹਿੰਦੀ ਨਹੀਂ ਭੈਣ ਗਰਮੀ ਕਰਕੇ, ਚਲੋ ਫਿਰ ਉਹਨੂੰ ਸਿਰ ਦਰਦ ਦੀ ਗੋਲੀ ਦੇ ਕੇ ਇੱਕ, ਜਦ ਨੂੰ ਮੈਂ ਆਟਾ ਉੱਪਣੇ ਆ ਕੇ ਗੁੰਨਣ ਲੱਗ ਗਈ ਦੁਬਾਰਾ, ਫਿਰ ਭੁੱਲੇ ਗਈ ਵਿੱਚ ਪਿਆਜ਼ ਪਾਉਣੀ। ਲਓ ਜੀ ਗਰਮੀ ਬਹੁਤ ਆ, ਹੁਣ ਬਣਾ ਲਈਏ ਰੋਟੀ ਪਹਿਲਾਂ, ਫਿਰ ਦੇਖਦੇ ਹਾਂ ਝਾੜੂ ਪੋਚਾ ਹੋਰ ਕਰਦੇ ਹਾਂ, ਚੱਕਦਾ ਸਾਰੀ ਕਰੇ ਹੀ ਮੈਂ, ਬੈਡਸ਼ੀਟ ਵਗੈਰਾ ਝਾੜੇ ਆਈ ਹੋਰ ਸਾਰੇ ਕਰ ਲਏ, ਦੇਖਦੀ ਹਾਂ ਫਿਰ ਕੀ ਕਰਦੇ ਹਾਂ ਹੋਰ। ਲਓ ਜੀ ਇੱਥੇ ਪਰੌਂਠੇ ਬਣਾਉਂਦੇ ਬਣਾਉਂਦੇ ਮੇਰੇ ਇੱਕ ਪਤਾ ਨਹੀਂ 2 ਪਰੌਂਠੇ ਹੀ ਮੈਂ ਬਣਾਏ ਸੀਗੇ, ਜਦ ਨੂੰ ਡੈਡੀ ਜੀ ਅਤੇ ਯੂਵੀ ਵੀ ਆ ਗਏ ਸੀਗੇ, ਯੂਵੀ ਤਾਂ ਆਪਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਠੰਡੇ ਕਰਕੇ ਖਾਣ ਦੀ ਆਦਤ ਬਣੀ ਹੋਈ ਉਹਦੀ, ਉਹਨੇ ਤਾਂ ਨਹਾਉਣ ਲੱਗ ਗਿਆ ਸੀਗਾ, ਡੈਡੀ ਜੀ ਨੂੰ ਮੰਮੀ ਨੇ ਜਦੇ ਗਰਮ ਗਰਮ ਨਾਲ ਦੀ ਨਾਲ ਫੜਾਤੇ ਸੀ ਕੱਪੜੇ ਸੁੱਕਣੇ ਪਾ ਕੇ, ਜਦ ਨੂੰ ਮੰਮੀ ਹਟ ਗਏ ਸੀਗੇ ਅਤੇ ਫਿਰ ਮੈਂ ਮੰਮੀ ਨੂੰ ਕਹਿਤਾ ਸੀ ਮੈਂ ਗਰਮ ਗਰਮ ਤੁਸੀਂ ਡੈਡੀ ਜੀ ਨੂੰ ਖਿਲਾ ਦਿਉ ਵੀ ਨਾਲ ਦੀ ਨਾਲ ਬਾਅਦ ਵਿੱਚ ਆਪ ਵੀ ਖਾ ਲਿਓ, ਕਹਿੰਦੇ ਠੀਕ ਹੈ, ਕਿਉਂਕਿ ਦੇਖੋ ਪਰੌਂਠੇ ਗਰਮ ਹੀ ਵਧੀਆ ਲੱਗਦੇ ਨੇ ਜੀ, ਠੰਡੇ ਨਹੀਂ ਵਧੀਆ ਲੱਗਦੇ, ਵੈਸੇ ਵੀ ਅਸੀਂ ਬਹੁਤ ਘੱਟ ਬਣਾਉਂਦੇ ਹਾਂ ਪਰੌਂਠੇ, ਕਈ ਦਿਨਾਂ ਬਾਅਦ ਹੀ ਬਣਦੇ ਨੇ ਸਾਡੇ ਘਰੇ ਪਰੌਂਠੇ, ਡੇਲੀ ਨਹੀਂ ਬਣਾਉਂਦੇ ਅਸੀਂ, ਅਤੇ ਨਾ ਹੀ ਹਾਜ਼ਮ ਆਉਂਦੇ ਨੇ ਜੀ, ਮੈਂ ਪਰੌਂਠੇ ਬਣਾ ਕੇ ਅਸੀਂ ਖਾ ਤਾਂ ਲਏ, ਮੈਂ ਵੀ ਇਹ ਬਣਾ ਕੇ ਨਾਲ ਦੀ ਨਾਲ ਖਾਣ ਲੱਗ ਗਈ ਸੀ, 2 ਪਰੌਂਠੇ ਲਏ ਸੀਗੇ, ਅਤੇ ਅੱਜ ਤਾਂ ਮੈਂ 2 ਚਮਚੇ ਨਾਲ ਦਹੀਂ ਵੀ ਲੈ ਲਿਆ ਸੀ, ਜ਼ਿਆਦਾ ਅਸੀਂ
ਮੱਖਣੀ ਅਤੇ ਲੱਸੀ ਨਾਲੇ ਮੰਮੀ ਤਾਂ ਮੈਨੂੰ ਆਦਤ ਆ, ਪਰ ਥੋੜ੍ਹਾ ਜਿਹਾ ਅੱਜ ਮੈਂ ਲੈ ਲਿਆ ਸੀ 2 ਚਮਚੇ, ਪਰ ਨਾ ਸ਼ਾਮ ਤੱਕ ਮੈਨੂੰ ਪਤਾ ਵੀ ਮੇਰਾ ਤਾਂ ਪੇਟ ਦਰਦੇ ਹੋ ਹੀ ਗਿਆ, ਪੇਟ ਦਰਦੇ ਹੋ ਹੀ ਗਿਆ, ਪਤਾ ਨਹੀਂ ਪਰੌਂਠਿਆਂ ਕਰਕੇ ਹੋਇਆ, ਮੈਨੂੰ ਨਹੀਂ ਪਤਾ, ਪਤਾ ਨਹੀਂ ਮਿਰਚ ਥੋੜ੍ਹੀ ਜਿਹੀ ਸਪਾਈਸੀ ਸੀ ਤਾਂ ਹੋ ਗਿਆ, ਹੈ ਨਾ, ਵੀ ਬਹੁਤ ਔਖੀ ਰਹੀ ਜੀ, ਮੈਂ ਕੰਨਾਂ ਨੂੰ ਹੱਥ ਲਾ ਲਏ, ਮੈਂ ਕਿਹਾ ਹੁਣ ਨਹੀਂ ਗਰਮੀ ਗਰਮੀ ਬਣਾਉਣੇ, ਅਤੇ ਉਸ ਤੋਂ ਬਾਅਦ ਰਸੋਈ ਦਾ ਸਾਰਾ ਕੰਮ ਖਤਮ ਕਰਕੇ ਇੱਥੇ ਲੱਗ ਗਈ ਸੀ ਮੈਂ, ਰੂਮ ਵਗੈਰਾ ਝਾੜੂ ਲੱਗੇ ਹੋਏ ਸੀ, ਲੋਬੀ 'ਚ ਰਹਿੰਦਾ ਸੀ ਜੀ, ਇੱਥੇ ਲੱਗ ਗਈ ਥੋੜ੍ਹਿਆਂ ਦੀ ਸੋਫਿਆਂ ਦੀ ਫੇਰ ਚੱਕਦਾਰ ਕਰਨ, ਕਿਉਂਕਿ ਨਾ ਇੱਥੇ ਇੱਦਾਂ ਲੋਬੀ ਦੇ ਵਿੱਚ ਸੋਫੇ ਲਾਉਣ ਨਾਲ ਮੇਰਾ ਝਾੜੂ ਬਿਲਕੁਲ ਹੀ ਨਹੀਂ ਸੀ ਨਿਕਲਦਾ, ਇੰਨਾ ਔਖਾ ਹੋ ਗਿਆ ਸੀ ਮੈਨੂੰ ਝਾੜੂ, ਨਾ ਤਾਂ ਬੈਠ ਕੇ ਲੋਟ ਆਉਂਦਾ ਸੀ, ਲੱਤਾਂ 'ਚ ਵੱਜੀ ਜਾਂਦੇ ਸੀਗੇ, ਟਾਈਟ ਟਾਈਟ ਹੋ ਗਿਆ ਸੀ ਸਾਰਾ ਕੁਛ, ਅਤੇ ਇੱਥੇ ਮੈਂ ਤਾਂ ਲੱਗੀ ਹੋਈ ਸੀ ਕਰਨ, ਯੂ ਵੀ ਆ ਗਿਆ ਨਾਲ ਦੀ ਨਾਲ, ਆ ਗਿਆ ਨਾਲੇ ਨਾਲੇ ਕਰੀ ਜਾਵੇ, ਮੰਮੀ ਆਏ ਨਹੀਂ ਇੱਦਾਂ ਕਰਨੇ ਨੇ, ਮੈਂ ਕਿਹਾ ਮੈਂ ਤੈਨੂੰ ਸੱਦਿਆ ਸੀਗਾ ਮੈਂ ਆਪੇ ਕਰ ਲੂੰਗੀ, ਉਹੀ ਮੈਂ ਉਹਨੂੰ ਘੂਰਦੀ ਸੀਗੀ, ਮੈਂ ਤੂੰ ਆਇਆ ਕਰਤੇ ਮੇਰੇ ਕੋਲ ਵੀ, ਮੈਂ ਤਾਂ ਆਪਣੇ ਆਪੇ ਚੱਕਧਾਰ ਕਰ ਲੈਣੇ ਨੇ, ਵਿੱਚ ਨਾ ਮੇਰੇ ਡਿਸਟਰਬ ਜਿਹਾ ਕਰਿਆ ਕਰ, ਅਤੇ ਉਹ ਲੱਗਿਆ ਹੋਇਆ ਸੀ ਜੀ ਪ੍ਰੋਜੈਕਟ ਬਣਾਉਣ, ਹੈ ਨਾ, ਪਹਿਲਾਂ ਛੁੱਟੀਆਂ 'ਚ ਮਿਲੇ ਹੋਏ ਸੀ ਉਹਨੂੰ ਪ੍ਰੋਜੈਕਟ, ਤਾਂ ਵਿੱਚ ਤਾਂ ਬੰਦ ਕਰਤੇ ਸੀ ਜੀ, ਵਿੱਚ ਡੇਟ ਸ਼ੀਟ ਆ ਗਈ ਸੀ ਪੇਪਰਾਂ ਦੀ, ਫਿਰ ਟੀਚਰਾਂ ਨੇ ਕਹਿ ਤਾ ਸੀ ਪ੍ਰੋਜੈਕਟ ਤਾਂ ਹਜੇ ਬਾਅਦ 'ਚ ਲੈਣੇ ਨੇ ਅਸੀਂ, ਵੀ ਪਹਿਲਾਂ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਕਰਨ ਲੱਗ ਜਾਓ, ਬੱਚਿਆਂ ਨੂੰ ਸਮਝਾਤਾ ਹੋਊਗਾ ਜਿਵੇਂ ਵੀ ਹੋਊਗਾ ਜੀ, ਵੀ ਬਾਅਦ ਵਿੱਚ ਕਰ ਲਿਓ ਤੁਸੀਂ ਪੇਪਰਾਂ ਤੋਂ ਬਾਅਦ ਪ੍ਰੋਜੈਕਟ, ਉਹੀ ਜਿਹੜੇ 2-4 ਉਹਦੇ ਰਹਿੰਦੇ ਸੀਗੇ ਪ੍ਰੋਜੈਕਟ, ਉਹੀ ਲੱਗਿਆ ਹੋਇਆ ਸੀ ਕਰਨ, ਅਤੇ ਲਓ ਜੀ ਇੱਥੋਂ ਆਪਾਂ ਕੁਰਸੀਆਂ ਅੰਦਰ ਰੂਮ 'ਚ ਸ਼ਿਫਟ ਕਰਤੀਆਂ, ਇੱਥੇ ਹੋ ਗਿਆ ਸੀ ਖੁੱਲ੍ਹਾ ਖੁੱਲ੍ਹਾ ਫਾਈਨਲੀ, ਹੈ ਨਾ, ਟੇਬਲ ਵੀ ਮੈਂ ਸੋਚਿਆ ਵੀ ਪਰੇ ਕੰਧ ਨਾਲੇ ਲਾ ਦਾਂ, ਹੈ ਨਾ, ਪਰ ਮੰਮੀ ਮੈਨੂੰ ਬਾਅਦ ਵਿੱਚ ਡਾਂਟਦੀ ਸੀ, ਕਹਿੰਦੀ ਟੇਬਲ ਪਰੇ ਕਿਉਂ ਲਾਇਆ, ਵੀ ਜੇ ਕੋਈ ਚੀਜ਼ ਉਰੇ ਮੂਹਰੇ ਬਹਿ ਕੇ ਖਾਣੀ ਖੁਣੀ ਆ, ਵੀ ਕੋਲ ਟੇਬਲ 'ਤੇ ਗਲਾਸ ਗਲੂਸ ਰੱਖਿਆ ਜਾਂਦਾ, ਮੈਂ ਕਿਹਾ ਮੰਮੀ ਮੈਨੂੰ ਆਇਆ ਵੀ ਖੁੱਲ੍ਹਾ ਖੁੱਲ੍ਹਾ ਜਿਹਾ ਹੋ ਗਿਆ, ਦੇਖੋ ਇੱਦਾਂ ਖੁੱਲ੍ਹਾ ਖੁੱਲ੍ਹਾ ਕੰਮ ਆਸਾਨੀ ਨਾਲ ਸਫਾਈ ਹੋ ਜਾਂਦੀ ਹੈ ਜੀ, ਹੋਰ ਗੱਲਾਂ ਦੀਆਂ ਗੱਲਾਂ ਤਾਂ ਖੁੱਲ੍ਹਾ ਖੁੱਲ੍ਹਾ ਮੈਨੂੰ ਵਧੀਆ ਲੱਗਦਾ ਹੁੰਦਾ, ਅਤੇ ਲਓ ਜੀ ਉਸ ਤੋਂ ਬਾਅਦ ਕੱਪੜੇ ਕੁੱਪੜੇ ਜਿਵੇਂ ਸਾਰੇ ਧੋਤੇ ਗਏ ਸੀ, ਕੰਮ ਕਾਰ ਸਾਰੇ ਖਤਮ ਹੋ ਗਏ ਸੀ, ਅਤੇ ਇੱਥੇ ਹੋ ਗਈ ਸੀਗੀ ਮੇਰੀ ਲੜਾਈ, ਲੜਾਈ ਵੀ ਕਹੀ ਦੇ ਨਾ ਹੋ ਗਈ ਸੀ ਜੀ, ਅੱਕੀ ਇਕਾਈ ਨੇ, ਹੈ ਨਾ, ਮੈਂ ਅੱਜ ਤਾਂ ਰੱਬ ਨੂੰ ਵੀ ਧਮਕੀ ਦੇ ਤੀ, ਇੰਨਾ ਬੱਦਲ ਚੜ ਚੜ ਆਉਂਦਾ ਸੀ, ਮੈਂ ਕਿਹਾ ਜਾਂ ਤਾਂ ਰੱਬਾ ਮੀਂਹ ਪਾ ਦੇ, ਜਾਂ ਪਾਉਣ ਦੀ ਲੋੜ ਨਹੀਂ ਹੈਗੀ, ਇਹ ਨਾ ਹੋਵੇ ਵੀ ਮੇਰੇ ਕੱਪੜੇ ਚੱਕ ਕੇ ਬਸ ਅੰਦਰ ਧਰਾਉਣੇ ਨੇ, ਹੈ ਨਾ, ਕਈ ਵਾਰ ਇੱਦਾਂ ਹੀ ਹੁੰਦਾ ਜੀ, ਕਣੀਆਂ 'ਚ ਆਰ ਆਉਂਦੀਆਂ ਨਹੀਂ ਕੱਪੜੇ, ਜਾਨੂੰ ਅੰਦਰ ਧਰ ਦਿਓ, ਜਾਨੂੰ ਵੀ ਆਉਂਦਾ ਵੀ ਨਹੀਂ ਕਿਧਰੇ, ਹੈ ਨਾ, ਵੀ ਇੰਨਾ ਫਿਰ ਗੁੱਸਾ ਆਉਂਦਾ ਹੈ, ਉਹੀ ਰੱਬ ਨੂੰ ਮੈਂ ਮੰਮੀ ਨੂੰ ਹੱਸਦੀ ਕਹਿੰਦੀ, ਮੈਂ ਰੱਬ ਨੂੰ ਵੀ ਧਮਕੀਆਂ ਦੇਣ ਲੱਗ ਗਈ, ਮੈਂ ਕਿਹਾ ਹੋਰ ਕੀ ਕਰਾਂ ਹੁਣ, ਹੈ ਨਾ, ਵੀ ਜਿਹੜਾ ਬੰਦਾ ਕਰਕੇ ਹਟਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਸਾਰੇ ਹੁਣ ਸੁੱਕਣੇ ਪਾਏ ਨੇ, ਫਿਰ ਫਿਰ ਚੱਕ ਕੇ ਅੰਦਰ ਉਤਾਰੋ, ਫਿਰ ਫੋਲੋ, ਵੀ ਦੁੱਗਣਾ ਤਿੱਗਣਾ ਕੰਮ ਵੱਧ ਜਾਂਦਾ, ਅਤੇ ਲਓ ਜੀ ਆਹ ਸੀਗੀ ਆਪਣੀ ਸੈਟਿੰਗ ਵੀ ਹੋ ਗਈ ਸੀਗੀ, ਹੈ ਨਾ, ਦੱਸਿਓ ਤੁਸੀਂ ਇੱਦਾਂ ਖੁੱਲ੍ਹਾ ਖੁੱਲ੍ਹਾ ਜਿਹਾ, ਮੈਨੂੰ ਤਾਂ ਵਧੀਆ ਲੱਗਦਾ ਸੀ, ਚਲੋ ਹਫ਼ਤਾ 10 ਦਿਨ ਇੱਦਾਂ ਰੱਖ ਲਾਂਗੇ, ਫਿਰ ਹੋਰ ਕੋਈ ਚੇਂਜ ਕਰਨੀ ਹੋ ਫਿਰ ਕਰ ਲਾਂਗੇ, ਅਤੇ ਉਸ ਤੋਂ ਬਾਅਦ ਸਾਰੇ ਕੰਮ ਕਾਰ ਖਤਮ ਕਰਕੇ ਨਹਾ ਲਈ ਸੀਗੀ ਜੀ, ਮੈਂ ਨਹਾਉਣ ਤੋਂ ਪਹਿਲਾਂ ਮੈਂ ਗੈਸ ਦੇ ਉੱਤੇ ਘਿਓ ਧਰ ਗਈ ਸੀ, ਮੱਖਣ ਸੀਗਾ ਜਿਹੜਾ ਘਿਓ ਬਣ ਨੂੰ ਸਿਮ 'ਤੇ ਕਰਕੇ ਧਰਤਾ ਸੀਗਾ, ਅਤੇ ਆਹ ਮੇਰੀ ਫਰੈਂਡ ਨੇ ਭੇਜੇ ਸੀ ਮੈਨੂੰ ਮਰੂਦ ਅਤੇ ਜਾਮਣ ਆ ਜੂਬੀ ਨੂੰ, ਉਹ ਦਿਖਾ ਰਹੀ ਸੀ, ਮੈਂ ਜੂਬੀ ਨੂੰ ਕਹਿੰਦੀ ਸੀ, ਮੈਂ ਆਂਟੀ ਨੇ ਦੇ ਲਾ ਤੇਰਾ ਲੰਚ ਦਾ ਟਾਈਮ, ਅੱਜ ਪ੍ਰੋਗਰਾਮ ਪੂਰਾ ਕਰਤਾ ਵੀ ਹੁਣ ਤੂੰ ਜਾਮਣਾ ਅਤੇ ਮਰੂਦ ਖਾ ਲਈ, ਅਤੇ ਉਸ ਤੋਂ ਬਾਅਦ ਇੱਥੇ ਲੱਗੀ ਸੀਗੀ ਜੀ, ਮੈਂ ਸਾਰੇ ਕੰਮ ਉੱਧਰਲੇ ਕਰਕੇ ਘਿਓ ਮੇਰਾ ਸਿਮ 'ਤੇ ਧਰਿਆ ਹੀ ਹੋਇਆ ਸੀਗਾ, ਉਹ ਹੌਲੀ ਹੌਲੀ ਹੋ ਰਿਹਾ ਸੀ, ਅਤੇ ਇੱਥੇ ਲੱਗ ਗਈ ਸੀ ਮੈਂ ਕੱਪੜੇ ਸਮੇਟਣ ਆਪਣੇ, ਮੈਂ ਕਿਹਾ ਕੱਪੜਿਆਂ ਦੀ ਤੈਅ ਵੀ ਦੇਖੋ ਐਨ ਸੁੱਕ ਗਏ ਸੀਗੇ, ਮੈਂ ਕਿਹਾ ਹੁਣੇ ਤੈਅ ਲਾ ਦਿੰਦੀ ਹਾਂ, ਫਿਰ ਰੈਸਟ ਕਰੂੰਗੀ, ਹਜੇ ਠੀਕ ਆ ਟਾਈਮ, ਮੈਨੂੰ ਲੱਗਦਾ 11 ਵਜੇ ਸੀਗੇ 10:45, ਮੈਂ ਕਿਹਾ ਹੁਣ ਤੋਂ ਪੈ ਕੇ ਫਿਰ ਉਹ ਟਾਈਮ ਵੀ ਨਹੀਂ ਨਿੰਘਦਾ ਜੀ, ਅਤੇ ਲਓ ਜੀ ਇਹ ਤਾਂ ਕੱਪੜਿਆਂ ਦਾ ਕੰਮ ਤਾਂ ਆਪਾਂ ਹੌਲੀ ਹੌਲੀ ਨਾਲ ਦੀ ਨਾਲ ਸਮੇਟਦੇ ਰਹਾਂਗੇ, ਹੁਣ ਮੁੱਕਣਾ ਹੀ ਨਹੀਂ, ਤਾਂ ਵੀਡੀਓ ਤਾਂ ਆਪਾਂ ਕਰਾਂਗੇ ਜੀ ਇੱਥੇ ਐਂਡ, ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ ਜ਼ਰੂਰ ਕਰਕੇ ਜਾਇਆ ਕਰੋ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਸਾਰੀਆਂ ਭੈਣਾਂ ਆਪਣੇ ਰਾਏ ਦਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਲੱਗਦੀਆਂ ਨੇ, ਅਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰ ਦਿਆ ਕਰੋ ਪਲੀਜ਼, ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਆਪਾਂ 10K ਜਲਦੀ ਜਲਦੀ ਕਰਨੇ ਨੇ, ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ 'ਚ, ਓਕੇ ਜੀ, ਬਾਏ, ਟੇਕ ਕੇਅਰ।